बीती देर शाम गुरदासपुर के तीन नौजवानों समेत पांच लोगों की हिमाचल प्रदेश के चंबा जिले के चुराह नज़दीक बलैरो डूंगी खड्ड में डिग्गण नाल मौत हो गई सी, जिसके बाद मृतकों के परिवारों ते शहर में दुख का माहौल बनिया होया है। मृतकों विचों एक फाइनांस कंपनी विच बतौर सर्वेयर वजो काम करने वाले गुरदासपुर के राजीव वर्मा, दीनानगर के रहने वाले मोहन लाल सरंगल अते जो कि लोक निर्माण विभाग विच एक्सियन सन, जबकि तीसरे अमरजीत सिंह एक NRI जो कि अमरीका विच परिवार समेत रहिंदे सन ते 27 जून होण वाली अपनी माता की रस्म क्रिया के सिलसिले विच अमृतसर आए सन अते गुरदासपुर रहिंदे सन, अपने दोस्तों नाल घूमण गए सन। इस संबंधी जानकारी दिंदिया राजीव शर्मा दे रिश्तेदारां ने दस्सिया कि ਉਹ ਇੱਕ ਫਾਈਨੈਂਸ ਕੰਪਨੀ ਵਿੱਚ ਬਤੌਰ ਸਰਵੇਅਰ ਕੰਮ ਕਰਦਾ ਸੀ ਤੇ ਹਿਮਾਚਲ ਵਿੱਚ ਇੱਕ ਕਾਰ ਕੁਝ ਦਿਨ ਪਹਿਲਾਂ ਖਾਈ ਵਿੱਚ ਡਿੱਗ ਪਈ ਸੀ, ਜਿਸ ਦਾ ਸਰਵੇ ਕਰਨ ਲਈ ਰਾਜੀਵ ਨੂੰ ਕੰਪਨੀ ਵੱਲੋਂ ਚੰਬਾ ਜਾਣ ਲਈ ਕਿਹਾ ਗਿਆ ਸੀ। ਉਸ ਦਾ ਦੋਸਤ ਅਮਰਜੀਤ ਜੋ ਕਿ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਆਇਆ ਸੀ ਅਤੇ ਐਕਸੀਅਨ ਮੁਅੱਤਲ ਵੀ ਉਸ ਦੇ ਨਾਲ ਜਾਣ ਲਈ ਤਿਆਰ ਹੋ ਗਏ। ਸਰਵੇ ਕਰਨ ਤੋਂ ਬਾਅਦ ਜਦੋਂ ਵਾਪਸ ਆ ਰਹੇ ਸਨ ਤਾਂ ਰਸਤੇ 'ਚ ਸਾਹਮਣੇ ਅਚਾਨਕ ਧੁੰਦ ਆ ਗਈ ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਕਾਰ ਹਜ਼ਾਰਾਂ ਫੁੱਟ ਹੇਠਾਂ ਜਾ ਕੇ ਖੱਡ ਦੇ ਵਿੱਚ ਡਿੱਗ ਗਈ, ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਬੀਤੀ ਸ਼ਾਮ ਪੁਲਿਸ ਨੇ ਉਹਨਾਂ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਘਰ 'ਚ ਮਾਤਮ ਛਾਇਆ ਹੋਇਆ ਹੈ ਅਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ, ਜਦਕਿ ਉਹਨਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਲੈ ਲਈ ਪਰਿਵਾਰਕ ਮੈਂਬਰ ਹਿਮਾਚਲ ਗਏ ਹਨ, ਜਿੱਥੇ ਦੇਰ ਰਾਤ ਸਾਰਿਆਂ ਨੂੰ ਲੈ ਕੇ ਵਾਪਸ ਪਹੁੰਚਣਗੇ। ਸਾਨੂੰ ਸਤਿਕਾਰ ਇਨਫੋਰਮੇਸ਼ਨ ਮਿਲੀ ਸੀ, ਉਹਨਾਂ ਦੇ ਕੋਈ ਦੋਸਤ ਨੇ ਸਰਵੇਅਰ ਨੇ ਉੱਥੇ ਪਠਾਨਕੋਟ ਦੇ ਵਿੱਚ, ਉਹਨਾਂ ਦੇ ਕੰਪਨੀ ਵੱਲੋਂ ਉਹਨਾਂ ਨੂੰ ਕੋਈ ਫੋਨ ਆਇਆ ਸੀ ਕਿ ਇਹਨਾਂ ਦਾ ਉੱਥੇ ਐਕਸੀਡੈਂਟ ਹੋ ਗਿਆ ਚੰਬੇ ਦੇ ਕੋਲ ਕੋਈ ਜਗ੍ਹਾ ਅਤੇ ਪਾਂਗੀ ਵੈਲੀ ਦੇ ਨੇੜੇ ਤੇੜੇ ਜਗ੍ਹਾ ਤੀਸਾ ਨਾਮ, ਉੱਥੇ ਇਹਨਾਂ ਐਕਸੀਡੈਂਟ ਹੋ ਗਿਆ ਅਤੇ ਸੀਰੀਅਸ ਨੇ ਗਾ। ਉਹਦੇ ਬਾਅਦ ਥੋੜ੍ਹੀ ਕੁ ਦੇਰ ਬਾਅਦ ਸਾਡੇ ਘਰ ਪੁਲਿਸ ਆ ਗਈ, ਕਹਿੰਦੇ ਸਾਨੂੰ ਇੱਕ ਇਨਫੋਰਮੇਸ਼ਨ ਆਈ ਹੈ ਚੰਬੇ ਪੁਲਿਸ ਤੋਂ ਕਿ ਇਸ ਤਰ੍ਹਾਂ ਚਾਰ ਪੰਜ ਬੰਦੇ ਨੇ ਗੁਰਦਾਸਪੁਰ ਦੇ ਉਹਨਾਂ ਦੀ ਕਾਰ ਐਕਸੀਡੈਂਟ 'ਚ ਡੈਥ ਹੋ ਗਈ, ਅਸੀਂ ਕਨਫਰਮੇਸ਼ਨ ਕਰਨਾ ਆ ਤੁਹਾਡੇ ਲਈ, ਅਸੀਂ ਕਰਨਾ ਕਨਫਰਮ ਜਿਹਾ ਠੀਕ ਹੈ ਸਾਡੇ ਲਈ, ਮੇਰੇ ਬ੍ਰਦਰ ਨੇ ਛੁੱਪੇ। ਉਹਦੇ ਬਾਅਦ ਪਤਾ ਲੱਗਿਆ ਹਾਦਸਾ ਕਿਸ ਤਰ੍ਹਾਂ ਵਾਪਰਿਆ ਹੈ, ਇਹ ਸਵੇਰ ਸੀ ਐਕਚੁਲੀ, ਉੱਥੇ ਨਾ ਇੱਕ ਕੋਈ ਕਾਰ ਸੀ ਜਾਂ ਸੁਮੋ ਇਸ ਤਰ੍ਹਾਂ ਦੀ ਗੱਡੀ ਸੀ, ਉਹਦਾ ਐਕਸੀਡੈਂਟ ਹੋ ਗਿਆ ਸੀ ਉੱਥੇ ਕੁਛ ਦਿਨ ਪਹਿਲਾਂ, ਉਹਦਾ ਸਰਵੇ ਕਰਨ ਗਏ ਸੀ ਉੱਥੇ, ਉੱਥੇ ਫਿਰ ਉਹਨਾਂ ਨੂੰ ਮਾਰਕ ਹੋਈ ਸੀ ਤਾਂ ਉੱਥੇ ਸਰਵੇ ਕਰਨ ਗਏ ਸੀ, ਉੱਥੋਂ ਅੱਗੇ ਇਹਨਾਂ ਨੇ ਆਪਣੀ ਕਾਰ ਖੜ੍ਹੀ ਕਰਤੀ ਅਤੇ ਉਹਨਾਂ ਜਿੰਨਾ ਬੰਦਿਆਂ ਦੀ ਗੱਡੀ ਉੱਥੇ ਡਿੱਗੀ ਸੀ ਖੱਡ ਦੇ ਵਿੱਚ ਅਤੇ ਉਹਨਾਂ ਨਾਲ ਹੀ ਬੈਠੇ ਚਲੇ ਗਏ ਵਾਪਸੀ, ਅਤੇ ਉਹ ਕਹਿੰਦੇ ਵੀ ਕੋਈ ਧੁੰਦ ਧੰਦ ਆ ਗਈ ਅੱਗੇ, ਸਰਵੇ ਕਰਨ ਦੇ ਬਾਅਦ ਵਾਪਸ ਆਏ ਅਤੇ ਕੋਈ ਧੁੰਦ ਵਗੈਰਾ ਆ ਗਈ ਅੰਦਰ ਅਤੇ ਉੱਥੇ ਸਲਿੱਪ ਕਰ ਗਈ ਖੱਡ ਦੇ ਵਿੱਚ, ਸਲਿੱਪ ਕਰ ਗਈ ਥੱਲੇ ਦੇ। ਕਦੋਂ ਤੱਕ ਪਤਾ ਚੱਲਿਆ ਕਦੋਂ ਤੱਕ ਡੈੱਡ ਬੋਡੀ ਜਿਹੜੀ ਵਾਪਸ ਆਉਣੀ ਹੈ? ਉਹ ਤਾਂ ਹੁਣ ਸ਼ਾਮੀ 5 ਵਜੇ ਤੱਕ ਵਾਪਸ ਆਉਣੀ, ਉੱਥੇ ਚੱਲ ਪਏ ਤੇ ਨਹੀਂ ਡੈੱਡ ਬੋਡੀ ਲਿਆ ਕੇ ਸ਼ਾਮੀ 5 ਵਜੇ ਤੱਕ ਇੱਥੇ ਪਹੁੰਚ ਗਏ। ਕਿੰਨੇ ਬੱਚੇ ਸੀ ਇਹਨਾਂ ਦੇ? ਦੋ, ਇੱਕ ਬੇਟਾ ਇੱਕ ਬੇਟੀ। ਸਾਡੇ ਬ੍ਰਦਰ ਸੀ, ਇਹਨਾਂ ਦੇ ਮਾਤਾ ਐਕਸਪਾਇਰ ਹੋ ਗਏ ਸੀ, ਉਹਨਾਂ ਦੇ ਭੋਗ 'ਤੇ ਆਏ ਸੀਗੇ ਮਾਤਾ ਅੰਮ੍ਰਿਤਸਰੀ ਦੇ ਵੱਡੇ ਭਰਾ, ਅਤੇ 24 ਜੂਨ ਨੂੰ 24 ਰਾਤ ਨੂੰ ਪਹੁੰਚੇ ਸਾਡੇ ਕੋਲ ਜੂਨ ਨੂੰ, ਅਤੇ 27 ਨੂੰ ਭੋਗ ਗਿਆ ਅਤੇ ਫਿਰ ਆਪਣੇ ਗੁਰਦਾਸਪੁਰ ਘਰ ਆ ਗਏ। ਘਰ ਆ ਕੇ ਕੋਈ ਯਾਰ ਦੋਸਤ ਸੀ ਉਹ ਇਹਨਾਂ ਨਾਲ ਲੱਗੇ ਚੰਬੇ, ਮਾੜੀ ਘੜੀ ਆ ਗਈ, ਬਹੁਤ ਮਾੜਾ ਹੋਇਆ ਜਿਹੜਾ ਇਹ ਘਟਨਾ ਜਾ ਕੇ ਉੱਥੇ ਕਿਤੇ ਗੱਡੀ ਖੱਡ ਕੇ ਮੌਤ ਹੋ ਗਈ। ਪਤਾ ਲੱਗਾ ਕੋਈ ਡੈੱਡ ਬੋਡੀ ਲੈਣ ਗਿਆ ਫੈਮਿਲੀ ਦੇ ਵਿੱਚੋਂ? ਹਾਂ, ਡੈੱਡ ਬੋਡੀ ਇੱਕ ਇਹਨਾਂ ਦੇ ਸਿਰ ਮਾਮੇ ਦਾ ਲੜਕਾ ਗਿਆ ਵਾ, ਅਤੇ ਇੱਕ ਇਹਨਾਂ ਦੀ ਭੈਣ ਦਾ ਸਿਸਟਰ ਦਾ ਦੇਰ ਆ ਮੁੰਡਾ ਪਿੱਟਾ ਪਿੱਟਾ ਕਲਾ ਲੋਕ ਹੋ ਗਏ। ਇੱਥੇ ਘਰ ਦੇ ਵਿੱਚ ਕੋਈ ਵੀ ਨਹੀਂ ਆ, ਕੋਈ ਦਿਖ ਨਹੀਂ ਰਿਹਾ? ਇਹ ਘਰ ਦੇ ਵਿੱਚ ਸਾਰਾ ਪਰਿਵਾਰ ਬਾਹਰ ਆ, ਇਹਨਾਂ ਦੇ ਵੱਡੇ ਬ੍ਰਦਰ ਪਰਿਵਾਰ ਸਮੇਤ ਅੰਮ੍ਰਿਤਸਰ ਦੇ ਯੂਨੀਵਰਸਿਟੀ ਡਾਕਟਰ ਬਣ ਗਏ। ਹਾਂ, ਅਤੇ ਇੱਥੇ ਇਹ ਘਰ ਗਏ ਜੀ। ਅਤੇ ਸੰਸਕਾਰ ਕਿੱਦਾਂ ਫਿਰ ਕਰ ਕੀਤਾ ਜਾਏ? ਸੰਸਕਾਰ ਇਹਨਾਂ ਦਾ ਪਰਿਵਾਰ ਸਾਰਾ ਅਮੈਰੀਕਾ, ਅਤੇ ਅਮੈਰੀਕਾ ਬੁੱਧਵਾਰ ਨੂੰ ਪਰਿਵਾਰ ਪਹੁੰਚ ਜਾਣਾ, ਅਤੇ ਲਗਭਗ ਬੁੱਧਵਾਰ ਹੀ ਸੰਸਕਾਰ ਹੋਏਗਾ। ਕਿੰਨੇ ਵਜੇ ਪਤਾ ਚੱਲਿਆ ਸੀ ਇਹ ਘਟਨਾ ਵਾਪਰੀ ਹੈ? ਕੱਲ 4 ਵਜੇ ਘਟਨਾ ਵਾਪਰੀ, ਸਾਨੂੰ ਪਤਾ ਲੱਗਾ ਸਾਨੂੰ 6-7 ਵਜੇ। ਐਜੂਕੇਸ਼ਨ ਇੰਬਰੇਨਸ ਨਾਟ ਓਨਲੀ ਫੈਕਟਸ ਬਟ ਆਲਸੋ ਵੈਲਿਊਜ਼। ਇਟ ਇਨਕਲਕੇਟਸ ਸੱਚ ਗੁੱਡ ਪ੍ਰੈਕਟਿਸਿਸ ਵਿਚ ਮੇ ਰਿਵੀਲ ਆਰ ਕੁਆਲਿਟੀਜ਼ ਐਂਡ ਪਰਫੈਕਸ਼ਨਸ ਇਨ ਐਵਰੀ ਸਫੇਅਰ ਆਫ ਲਾਈਫ। ਵੀ ਐਜ਼ ਅ ਪਾਰਟ ਆਫ ANM ਇੰਸਟੀਟਿਊਟ ਇੰਪਾਵਰ ਨੌਲੇਜ ਵਿਦ ਪ੍ਰੈਕਟੀਕਲ ਅਪਰੋਚ। ਸਟੂਡੈਂਟਸ ਕੈਨ ਅਕਿਊਮੂਲੇਟ ਨੌਲੇਜ ਐਂਡ ਇਨਫੋਰਮੇਸ਼ਨ ਫਰੋਮ ਵਾਈਡ ਰੇਂਜ ਆਫ ਬੁੱਕਸ ਜਰਨਲਸ ਅਵੇਲੇਬਲ ਇਨ ਦਾ ਲਾਈਬ੍ਰੇਰੀ। We also nurture the skills of our future managers by the use of well-equipped and furnished laboratories. ANM Group of Institutes endeavors to impart such value-based education to our students. We welcome you all to ANM Group of Institutes, Pathankot.